ਹਾਂਜੀ ਯਾਰ, ਕੀ ਹਾਲ ਚਾਲ ਸਾਰੇ ਦੋਸਤਾਂ ਮਿੱਤਰਾਂ? ਉਮੀਦ ਕਰਦੇ ਠੀਕ ਠਾਕ ਹੋ, ਤੁਹਾਡੇ ਜਾਣਾ ਵੀ ਸੈੱਟ ਵੈੱਟ ਹੋਣਗੇ। ਅਤੇ ਲਓ ਵੀ ਮਿੱਤਰੋ, ਬਲੋਗ ਦੀ ਆਪਾਂ ਕਰਤੀ ਅੱਜ ਸਟਾਰਟਿੰਗ। ਕੀ ਹਾਲ ਉਹਨੇ ਬਾਈ, ਇੱਧਰ ਆਇਆ ਵਿਆ ਬੋਰਡ 'ਤੇ? ਉਹ ਇੱਕ ਨੁੱਕਰ ਜੀ ਦੇ ਬੈਠਾ ਨਹੀਂ ਜਾਨਵਰ, ਤੇਰਾ ਤਾਂ ਨਹੀਂ ਕੋਈ ਹੋਵੇ? ਨੁੱਕਰ ਜੀ ਚਿੱਟਾ ਨਹੀਂ ਕੁਛ। ਹਾਂਜੀ ਪਾਪੇ ਨੇ ਵੀ ਡਾਇਆ ਇੱਕ, ਵੇਖੀ ਮਾੜਾ ਜਿਹਾ, ਉਹ ਤਾਂ ਨਹੀਂ ਨੁੱਕਰ ਤੇ ਬੈਠਾ। ਅੱਛਾ ਫੇਰ ਠੀਕ ਆ। ਕਿਉਂ ਕੀ ਹੋ ਗਿਆ? ਬੱਚਿਆਂ ਨੂੰ ਤਾਂ ਛੋਲੇ ਵਾਲੀ ਪਾਰਟੀ ਆ, ਸਾਰਿਆਂ ਨੂੰ ਛੋਲੇ ਦੇਣ ਵਾਲੇ ਆ। ਫੈਂਸਿੰਗਾਂ ਫੁੰਸਿੰਗਾਂ ਹੋ ਗਈਆਂ ਠੀਕ ਆ। ਇੱਕ ਬੱਚਾ ਆਪਣਾ ਗਿਆ ਮਾਰ, ਜਿਹਦੇ ਬਾਲਣ ਫੈਂਸਿੰਗ ਆ ਪਿਆ ਵਿਚਾਰਾ। ਚਲੋ ਕੋਈ ਗੱਲ ਨਹੀਂ, ਅਤੇ ਬਾਲੀ ਨਹੀਂ ਆਪਾਂ ਟੈਨਸ਼ਨ ਲੈਂਦੇ, ਬਾਕੀ ਸਭ ਠੀਕ ਹੈ ਨਾ। ਸਾਰੇ ਸਾਰੀ ਪਾਰਟੀ ਨੂੰ ਛੋਲੇ ਭਟੂਰੇ ਦਿੰਦੇ ਹਾਂ, ਇਹਦਾ ਵੀ ਸੁੱਕਣ ਲੱਗ ਗਏ। ਕਿਹੜਾ ਆ? ਫਿਰ ਦੋ ਬੱਚੇ ਆਹੀ ਆ, ਵੱਤ ਨਹੀਂ ਆ ਵੀਰਿਆ। ਹਾਂ ਠੀਕ ਆ, ਆ ਫਿਰਦੇ ਮਤਰੋ ਬੱਚੇ ਆਪਾਂ ਡਾਏ ਵੇ ਸਾਰੇ, ਉਹਨਾਂ ਭੜਕਾਈ ਤੁਰਿਆ ਆਉਂਦਾ। ਉਹ ਤਾਂ ਵੀ ਕਿਉਂ ਕਹਿੰਦੇ ਇੱਕ ਬੱਚੇ 'ਤੇ ਡਾਊਟ ਆ, ਉਹ ਵੀ ਉੱਡ ਗਿਆ ਭਾਅ, 75 ਵਾਲੇ ਜਾਣ ਦੇ ਕੋਈ ਨਹੀਂ, ਜਿਹੜਾ ਉੱਡਦਾ ਉੱਡਣ ਦੇ। ਇਹਨੂੰ ਉਬਾਲਾ ਕਹਿੰਦੇ ਬਗਲ ਟੂਸਣ ਬਹਿੰਦਾ ਤਾਂ, ਅਤੇ ਨਹੀਂ ਫਿਰਦਾ ਰਹਿਣ ਦੇ, ਫਿਰ ਵੇਖੀ ਜਾਊਗੀ। ਨੀਲਾ ਵੀ ਉੱਡਾ ਫਿਰਦਾ ਸੁਣ ਦਿਖਾਉਂਦਾ, ਕਿੱਧਰ ਕਹਿੰਦੇ ਨੇ ਦਿਖਾਈ ਮਾੜਾ ਨੀਲਾ। ਨੀਲਾ ਬਹਿ ਗਿਆ, ਬਹਿ ਗਿਆ। ਅੱਛਾ ਆਹ ਛਤਰੀ 'ਤੇ ਬਹਿ ਗਿਆ, ਆਪ ਬੈਠਾ। ਉਹ ਫਿਰਦੇ ਰਹਿੰਦੇ, ਫਿਰਦੇ ਰਹਿੰਦੇ, ਫਿਰਦੇ ਰਹਿੰਦੇ, ਵੇਖੀ ਜਾਊਗੀ। ਪਾਪਾ ਆ ਤਾਂ ਨਹੀਂ ਆਵੇ, ਆਹ ਜਿਹੜੀ ਆਵੇ ਆਹੀ, ਇਹ ਨਹੀਂ ਇਹ ਨਹੀਂ, ਆ ਤਾਂ ਵਾਲੇ ਤਾਂ ਆ ਬੈਠੀ ਜਾਂਦਾ ਇੱਕ ਦਾਵੇ। ਅੱਛਾ ਰੰਗ ਨਹੀਂ ਲੱਗਿਆ ਆਪਣੇ? ਉਹੀ ਆ, ਇਹਨਾਂ ਚੋਂ ਝਾਲਰਾਂ ਵਾਲਾ ਬੱਚਾ ਨਹੀਂ ਇੱਕ ਮੁੜਿਆ, ਬਾਕੀ ਸਭ ਇਹ ਬੰਦ ਆ। ਇਹ 'ਚ ਰੱਤਾ ਪਾਇਆ ਵਾ, ਤੇ ਆ ਦੋ ਬੱਚੇ ਹੋਰ ਆ ਛੋਟੇ, ਚੱਲ ਵੀ ਕੱਢ ਲੈਂਦੇ ਵਾਲੀ ਗੱਲ ਆ। ਇੱਕ ਤਾਂ ਬੱਚਾ ਵਾ, ਇਹਦੀ ਅੱਖ ਇੱਧਰਲੀ ਜਮਾਂ ਓਕੇ ਹੋ ਗਈ, ਅਤੇ ਦੂਜੇ ਇੱਧਰਲੇ ਪਾਸੋਂ ਇਹਦੀ ਅੱਖ ਬੰਦ ਥੋੜ੍ਹੀ ਜਾਵੇ, ਦੀਂਹਦਾ ਤਾਂ ਹੈਗਾ ਉਹਨੂੰ। ਉੱਤੋਂ ਨਾ ਸਾਫ਼ ਜਿਹੀ ਕਰਨ ਵਾਲੀ ਉਹ ਅਸੀਂ ਕਰ ਦਿੰਦੇ, ਮੈਂ ਤੈਨੂੰ ਅੱਜ ਇੱਕ ਬੱਚਾ ਆ ਜਿਹਦੇ ਫੈਂਸ। ਉਹ ਆਹ ਤਾਂ ਹੈਗਾ ਉਹਨੇ, ਉਹ ਕਿਹੜਾ ਮਰ ਗਿਆ ਯਾਰ? ਓ ਅੱਛਾ, ਦੂਜਾ ਮਰ ਗਿਆ, ਅਜਿਹਾ ਭਰਾ ਅਜਿਹਾ ਅਜਿਹਾ ਉਹ ਮਰ ਗਿਆ। ਮੈਂ ਤਾਂ ਕਿਹਾ ਆਹ ਮਰ ਗਿਆ, ਉਹ ਤਾਂ ਆ ਰਿਹਾ, ਉਹ ਦੂਜਾ ਮਰ ਗਿਆ। ਚੱਲ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ, ਮਹਾਰਾਜ ਨੂੰ ਜਿਵੇਂ ਮਨਜ਼ੂਰ ਹੈ ਚੱਲਣ ਦੇ ਯਾਰ, ਕੋਈ ਚੱਕਰ ਨਹੀਂ। ਬੰਦੇ ਬਈ ਹੁਣ ਕੀ ਕਰੀਏ, ਅਟੈਕ ਹੋਈ ਜਾਂਦੇ ਦੁਨੀਆਂ 'ਤੇ, ਹੁਣ ਰਹਿ ਕੁਛ ਨਹੀਂ ਗਿਆ, ਮਰਨਾ ਆਪਾਂ ਆਪਾਂ ਵੀ ਇੱਕ ਦਿਨ ਮਰ ਜਾਣਾ ਬਸ। ਓਏ ਉਹ ਮੂੰਹ ਟੱਡੀ ਜਾਂਦਾ, ਉਹਨੂੰ ਜ਼ੁਕਾਮ ਆ ਲੱਗਦਾ, ਓਏ ਬੈਠ ਟੂਸੇ ਵਾਲੇ ਨੂੰ, ਉਹਨੂੰ ਖੜ ਜਾ, ਉਹਨੂੰ ਦਿੰਦੇ ਪ੍ਰੋਜੈਕਟ, ਓਏ ਉਹਨੂੰ ਜਕਾ ਆਉਦੇ ਆਉਦੇ ਖੜ ਜਾ, ਅਤੇ ਮੂੰਹ 'ਚ ਹੋਇਆ ਤਾਂ ਨਹੀਂ ਕੁਛ। ਇੱਧਰ ਖੋਲ੍ਹ ਕੇ ਦੇਖ, ਇਹਨੂੰ ਛੱਡ, ਇਹ ਚੌਂਝ ਜੀ ਸਾਫ਼ ਕਰਦੇ ਉਹ, ਖੋਲ੍ਹ ਕੇ ਦੇਖ ਇਹਨੂੰ ਸਾਫ਼ ਕਰਦੇ ਆ। ਉਹ ਖੂੰਹ ਵਾਲੀ ਦਵਾਈ ਲਾਉਂਦੇ ਆ ਜੇ ਫੈਂਸਿੰਗਾਂ, ਤਾਂ ਹੋਰ ਵੀ ਹੋਈ ਜਾਂਦੀਆਂ ਪੈਰਾਂ 'ਤੇ। ਜਾ ਯਾਰ, ਇਹ ਕੰਮ ਖਰਾਬ ਆ। ਅੱਛਾ ਤਾਂ ਪ੍ਰਭੂ, ਤੈਨੂੰ ਆਪਣੇ ਕੋਲ ਦੋ ਬੱਚੇ ਹੋਰ ਕੱਢ ਲਏ। ਬਾ ਠੀਕ ਆ, ਆਹ ਦੇਖ ਤਾਂ ਮੂੰਹ ਖੋਲ੍ਹ ਕੇ, ਹਲੇ ਆਹ ਵੀ ਉੱਡ ਗਿਆ ਤਾਂ ਵਾਲੀ ਛਤਰੀ 'ਤੇ ਬਹਿ ਜਾ, ਤੂੰ ਤਾਂ ਠੀਕ ਠਾਕ ਆ ਐਵੇਂ, ਤੂੰ ਤਾਂ ਅੱਡ ਹੀ ਆਪਦਾ। ਚੱਲ ਬਾਕੀ ਬਈ ਬੱਚੇ ਬੱਚੇ ਉਹ ਉੱਡੇ ਫਿਰਦੇ ਆ, ਉੱਚੇ ਚੜ੍ਹੇ ਵੇ ਆ। ਇੱਕ ਤਾਂ ਪੂਛ ਵਾਲਾ ਵਾ, ਜ਼ੁਕਾਮ ਆਪਾਂ ਦੇ ਦਿੰਦੇ ਇਹਨੂੰ, ਕੋਈ ਚੱਕਰ ਨਹੀਂ, ਬਿਠਾ ਇੱਥੇ। ਆ ਸਾਰਿਆਂ ਦੀ ਟੂ ਪਾ ਦੇ ਇਹਨਾਂ ਦੇ ਬੈਠੇ, ਜਿੰਨੇ ਵੀ ਬੈਠੇ ਨਾ ਅੱਖਾਂ 'ਚ, ਹਾਂ ਇੱਥੇ ਬਾਅਦ ਇੱਥੇ ਬੈਠਾ ਰਹਿਣਾ ਨੇ, ਆ ਪਾ ਦੇ ਸਾਰਿਆਂ ਦੀ ਦੋਨੇ ਅੱਖਾਂ 'ਚ ਮਾੜੀ ਮਾੜੀ। ਹੁਣ ਤੁਹਾਨੂੰ ਮੈਂ ਦੱਸਦਾ ਬਾਈ, ਇੱਕ ਤਾਂ ਪੂਛ ਵਾਲਾ ਬੱਚਾ ਉੱਡਿਆ ਫਿਰਦਾ, ਇੱਕ ਬਗਲ ਟੂਸੇ ਵਾਲਾ, ਅਤੇ ਇੱਕ ਆਪਣਾ 75,000 ਵਾਲਾ ਦਾ,
ਉਹ ਤੁਹਾਨੂੰ ਦਿਖਾ ਦਾਂਗੇ ਅੱਜ 75 ਵਾਲਾ ਵੀ ਕਲੀਅਰ ਕਰਦੇ ਹਾਂ। ਇੱਕ ਆਪਣਾ ਢਿੱਡ ਵਾਲਾ ਆ ਵਿਆ ਗਿਆ ਆ ਜਾਂਦਾ ਅਤੇ ਆ ਗਿਆ ਬਗਲ ਡੂਸੇ ਵਾਲਾ ਆ ਵੀ ਛਤਰੀ ਥਾਪੇ ਮਾਰੀ ਜਾਂਦਾ ਨਾ ਉਹ ਪੂਛ ਵਾਲਾ ਫਿਰਦਾ ਆ ਢਿੱਡ ਵਾਲਾ ਫਿਰਦਾ ਅਤੇ ਇੰਨਾ 'ਚ ਤੁਹਾਨੂੰ ਦਿਖਾ ਦਿੰਦੇ ਇੱਕ ਤਾਂ 75 ਵਾਲਾ ਵੀ ਆਉਂਦਾ ਇੱਕ 75 ਵਾਲਾ ਕੀ ਲਿਆ ਫੜ ਕੇ ਪਵਾਂ ਫਿਰ ਟੂ ਪਵਾਂ ਯਾਰ ਭਾਈ ਫਿਰ ਤੁਹਾਨੂੰ ਮਿਲਦਾ ਆਹੋ ਆਹੋ ਲਓ ਬਾਈ ਆਹ ਦੇਖ ਲਓ ਹੱਥ ਦਾ ਕੀ ਹਾਲ ਹੋ ਗਿਆ ਉਂਗਲ ਦਾ ਖੁੰਘਾਂ ਵਾਲੀ ਦਵਾਈ ਲਾਤੀ ਆਪਾਂ ਸਾਰੇ ਬੱਚਿਆਂ ਦੇ ਜਿਹਦੇ ਨਹੀਂ ਵੀ ਪੈਰਾਂ 'ਤੇ ਉਹਨਾਂ ਦੇ ਵੀ ਲਾਤੀ ਫੈਂਸਿੰਗ ਫੂਨਸਿੰਗ ਇੰਨਾ ਛੱਟ ਬੈਟ ਰਹਿਣਗੇ ਲੱਗ ਪਾ ਕੇ ਇੱਕ ਦੇ ਵਾਲੀਆਂ ਸੀਗੀਆਂ ਉਹ ਆਪਣਾ ਉਹ ਬੈਠਾ ਸਲੇਟੀ ਆ ਇਹਦੇ ਲਿਸ਼ਕਾ ਤਾ ਆਪਾਂ ਸਾਰਾ ਹੀ ਇਹਨੂੰ ਲਵੇੜਤਾ ਅਤੇ ਆਹ ਦੇਖਿਓ ਆਹ ਦੇਖੋ ਚੌਂਝ 'ਤੇ ਵੀ ਬਾਈ ਲਾਤਾ ਮੈਂ ਆਹ ਦੇਖੋ ਇੱਧਰ ਅਤੇ ਇੱਧਰ ਪੈਰ ਪੂਰਾ ਦੇਖ ਲਓ ਹੁਣ ਜਮ੍ਹਾਂ ਸੁੱਕ ਜਾਣਗੀਆਂ ਲੈ ਬਹਿ ਜਾ ਆ ਗਿਆ ਸਲੇਟੀ ਆਪਣਾ ਅਤੇ ਆਹ ਦੋ ਬੱਚਿਆਂ ਨੂੰ ਇਹਨਾਂ ਨੂੰ ਛੋਲੇ ਦੇਣੇ ਆਪਾਂ ਇਹ ਥੋੜ੍ਹੇ ਜਿਹੇ ਉਂ ਕਮਜ਼ੋਰੇ ਆ ਅਤੇ ਇਹਨਾਂ ਨੂੰ ਬੈੱਡ ਰੈਸਟ ਦੇਣੀ ਆ ਹੁਣ ਆਪਾਂ ਥੋੜ੍ਹੇ ਕੁ ਟਾਈਮ ਦੀ ਅਤੇ ਬਾਕੀ ਬੱਚੇ ਬੁੱਚੇ ਜਿਹੜੇ ਡਾਏ ਵਿਆ ਇੱਕ ਨਵਾਂ ਡਾਤਾ ਉਹ ਜਿਹੜਾ ਉਹ ਤਰ੍ਹਾਂ ਉਹ ਅੰਕਲ ਕੇ ਗਿਆ ਸੀਗਾ ਉਹ ਸਾਹਮਣੇ ਚਵਾਰੇ ਵਾਲਾ ਦੇ ਗਿਆ ਤਾਂ ਹੈ ਨਹੀਂ ਮਤਲਬ ਕਿ ਉਹਨਾਂ ਦੇ ਖੁੱਡੇ 'ਤੇ ਬੈਠੇ ਉਹਨਾਂ ਨੇ ਫੜ ਲਿਆ ਸੀ ਫਿਰ ਅਤੇ ਦੇਤਾ ਸੀਗਾ ਅੰਕਲ ਆਪਣਾ ਬਹੁਤ ਚੰਗਾ ਯਾਰ ਉਹ ਅੰਕਲ ਦਾ ਚੱਲ ਨਾਂ ਵੀ ਲੈ ਦਿੰਦੇ ਵੀਡੀਓ ਦੇ ਵਿੱਚ ਜੇ ਅੰਕਲ ਦੇਖ ਰਿਹਾ ਵੀਡੀਓ ਤਾਂ ਰਿਸ਼ਪਾਲ ਅੰਕਲ ਠੀਕ ਹੈ ਜੀ ਧੰਨਵਾਦ ਤੁਹਾਡਾ ਬਹੁਤ ਬਹੁਤ ਪਹਿਲਾਂ ਹੀ ਬੱਚਾ ਮੋੜਿਆ ਸੀ ਬੰਦਾ ਬਹੁਤ ਗੱਡਾ ਯਾਰ ਅਤੇ ਉਦੋਂ ਬਾਅਦ ਹੁਣ ਉਦੋਂ ਬਾਅਦ ਅੱਜ ਡਾਇਆ ਉਹ ਜਣੀ ਦਾ ਮੰਨ ਕੇ ਚੱਲੋ ਇਹ ਗੱਲ ਨੂੰ ਹੋ ਗਿਆ ਹਫ਼ਤਾ ਤਾਂ ਆਹ ਆਉਂਦਾ ਉਂਗਲ ਦੀ ਸ਼ੇਧ ਨਾ ਉਹ ਜੇ ਤੁਹਾਨੂੰ ਮਾੜਾ ਮੋਟਾ ਦਿਖਦਾ ਤਾਂ ਆਹ ਦੇ ਆਈ ਜਾਂਦਾ ਆਹ ਦੇ ਆਈ ਜਾਂਦਾ ਆਹ ਦੇ ਆਈ ਜਾਂਦਾ ਔਖਾ ਇਹਦਾ ਸ਼ਾਇਦ ਹੀ ਬੈਠੇ ਅੱਜ ਅਤੇ ਬਾਕੀ ਆਪਣੇ ਜਾਣਵਰ ਆਹ ਫਿਰਦੇ ਆ ਢਿੱਡ ਵਾਲਾ ਅਤੇ ਕੰਡ ਵਾਲਾ ਆਹ ਤਾਂ ਪਾਪੇ ਵਾਲਾ ਆਹ ਫਿਰਦੇ ਦੋਨੇ ਇਹਨਾਂ ਨੂੰ ਫਿਰਦੇ ਰਹਿੰਦੇ ਉਹ ਪੂਛ ਵਾਲਾ ਆ ਗਿਆ ਸੱਚ ਹਾਂ ਬਾਲਿਆ ਹੈ ਨਾ ਬਗਲ ਟੂਸੇ ਵਾਲੇ ਬਾਲਿਆ ਵਾ ਜਿਹਨਾਂ ਦਾ ਡਰ ਸੀਗਾ ਬਾਕੀ ਕੁਛ ਹੈ ਅਤੇ ਬੈਠੇ ਆ ਜਾਂਦਾ ਢਿੱਡ ਵਾਲਾ ਵੀ ਜਾਣ ਦੋ ਇਹਨੂੰ ਉਹ ਰਿਹਾ ਕੰਡ ਵਾਲਾ ਉਹ ਵੀ ਉਹਦੇ ਵੀ ਹੱਥ ਲਾਉਣੀਆਂ ਯਾਰ ਉਹਦੇ ਦਵਾਈ ਦਵਾਈ ਨਾ ਆਹਦੇ ਬਚੀ ਵੀ ਐਂ ਤਾਂ ਹੈਗੀ ਬਾਈ ਇੱਥੇ ਵਾਹ ਦੇ ਠੀਕ ਹੈ ਜੀ ਅਤੇ ਅੱਜ ਕਰਦੇ ਵਾਲੇ ਖੁੱਡਿਆਂ ਦੀ ਸਫਾਈ ਆਹ ਦੇਖੋ ਤੇ ਕੂਤਰ ਤਾਂ ਕੋਈ ਨਹੀਂ ਅੰਦਰ ਹੈ ਨਾ ਪਹਿਲਾਂ ਦੇਖ ਲਓ ਅਤੇ ਸਫਾਈ ਕਰੀ ਤੋਂ ਬਾਅਦ ਦੇਖ ਲਿਓ ਨੋਨਾ ਤਾਂ ਕਹਿੰਦਾ ਰਹਿਣ ਦੇ ਵੈਸੇ ਮੈਂ ਕਹਿੰਦਾ ਯਾਰ ਥੋੜ੍ਹੀ ਥੋੜ੍ਹੀ ਕਰ ਦੇਗੇ ਬੈਰ ਸੀ ਆ ਭਾਜੂਗਾ ਹੁਣ ਤੁਹਾਨੂੰ ਸਫਾਈ ਕਰਕੇ ਹੀ ਮਿਲਦਾ ਫਿਰ ਲਓ ਮਿੱਤਰੋ ਅਸੀਂ ਨਾ ਖੁੱਡੇ ਦੀ ਸਫਾਈ ਕਰੀ ਜਾਂਦੇ ਸੀ ਮੈਂ ਤੈਨੂੰ ਨਾ ਆ ਰਹੀ ਕਰੰਡੀ ਕਰੁੰਡੀ ਸੀ ਨਾ ਕੂਤਰਾ ਕੇ ਇਹਦਾ ਬਹਿ ਗਿਆ ਆ ਵੀਰਿਆ ਕਾਟੀ ਆ ਕਾਟੀ ਫੜਿਆ ਜਾਣਾ ਆਵੇ ਆਵੇ ਬੈਠਾ ਮੂਹਰੇ ਆਵੇ ਆਵੇ ਨੱਪਦੇ ਆਹੀ ਆ ਅੱਛਾ ਲੈ ਜਾ ਆ ਆਹ ਦੇਖ ਲਓ ਬਾਈ ਗਲਜ਼ਾਰ ਦਾ ਕਹਿੰਦੇ ਕਬੂਤਰ ਓਏ ਹੋਰ ਵੀ ਨਿਕਲੇ ਆਏ ਇੰਨੇ ਅੱਛਾ ਇੱਕ ਇੱਥੇ ਟੈਡੀ ਜਾ ਫਿਰਦਾ ਗਲਜ਼ਾਰ ਦਾ ਕਹਿੰਦਾ ਉਹਦਾ ਹੀ ਆ ਇੱਕ ਇੱਥੇ ਹੋਰ ਉੱਡਿਆ ਫਿਰਦਾ ਉਹਦਾ ਹੀ ਹੋਣਾ ਵਾ ਠਲ ਠੁੱਲ ਵੇਖ ਕਾ ਖੱਟੀਆਂ ਦਾ ਲਾਲ ਸਰਾ ਜਾ ਹੈਗੀ ਉਹ ਨਹੀਂ ਹੈਗੀ ਕਿਹੜਾ ਵੇਖ ਲਾ ਵਾਹ ਯਾਰ ਤੂੰ ਜਾਲ ਤੈਨੂੰ ਯਾਰ ਉਹ ਵੱਡਾ ਤੇ ਬੱਚੇ ਗਲਜ਼ਾਰ ਨੇ ਵੀ ਪਾਈ ਜਾਲ ਚੱਕਣਾ ਦੀ ਉਹ ਬਸ ਪੈਰ ਧੋ ਉਹਦੇ ਪੈਰ ਧੋ ਪੈਰ ਕਿੱਥੇ ਪਾ ਦੇ ਯਾਰ ਜਾਲ 'ਚ ਇੱਥੇ ਕੋਈ ਨਹੀਂ ਬਾਈ ਗਲਜ਼ਾਰ ਦਾ ਕਹਿੰਦੇ ਜੇ ਲੈ ਕੇ ਜਾਣਾ ਤਾਂ ਲੈ ਜੂਗਾ ਹੈ ਨਾ ਅਤੇ ਨਹੀਂ ਫਿਰ ਨੋਨੇ ਤਾਂ ਲੈ ਜਾਣਾ ਸਹੀ ਗੱਲ ਇਹਨੂੰ ਦੇ ਦੇਣਾ ਆਪਾਂ ਲੈ ਜੀ ਕੋਈ ਚੱਕਰ ਨਹੀਂ ਬਾਈ ਲਓ ਵੀ ਬਾਈ ਬੈਟਰੀ ਯਾਰ ਲੋ ਆ ਫਲੈਸ਼ ਤਾਂ ਨਹੀਂ ਔਨ ਹੋਣੀ ਅਤੇ ਐਂ ਦੇਖ ਲਓ ਬਾਈ ਥੋੜ੍ਹਾ ਮੋਟਾ ਹਨੇਰੇ 'ਚ ਸਫਾਈ ਕਰਤੀ ਜਮਾਂ ਓਕੇ
ਟੁੰਡਾ ਜਾਨਵਰ ਛੱਡੀ ਜਾਂਦਾ ਵਾ। ਆਹ ਦੇਖ ਲਓ ਸਾਰੇ ਘੋਰਨੇ 'ਚੋਂ ਕਰਤੀ, ਫੱਟੀਆਂ ਤੋਂ ਵੀ ਕਰਤੀ, ਇੱਕ ਤਾਂ ਬੈਠਾ ਵਾ। ਆਹ ਦੇਖ ਲਓ ਓਕੇ ਆ ਜਾਵਾਂ ਕੰਮ, ਠੀਕ ਆ ਬਾਈ। ਇਹ ਆ ਲਓ ਸਾਰੇ ਬੱਚੇ ਬੱਚੇ ਬੈਠੇ ਵਿੱਚ, ਇੱਕ ਉਹ ਤਾਂ ਬਹਿ ਗਿਆ, ਫਿਰਦਾ ਰਹੇ ਨੋ ਡਾਊਟ। ਓਕੇ ਰਿਪੋਰਟਾਂ ਉਹਨਾਂ ਇੱਧਰੋਂ ਚੈੱਕ ਕਰਕੇ ਛੱਡੀ ਜਾਂਦਾ, ਕਿਸੇ ਦਵਾਈ ਦਵੂਈ ਪਾਉਣ ਵਾਲੀ ਆ, ਕਿਸੇ ਨੂੰ ਗਲੂਕੋਜ਼ ਦੇਣ ਵਾਲਾ, ਕਿਸੇ ਨੂੰ ਕੈਲਸ਼ੀਅਮ ਕੁਲਸ਼ੀਅਮ ਦੇਣ ਵਾਲਾ, ਸਾਰੇ ਚੈੱਕ ਕਰ ਕਰਕੇ ਪਾਣੀ ਦੇ ਦਿੰਦੇ ਹਾਂ। ਦਵਾਈ ਵੀ ਪਾ ਦੇ ਦਿੰਦੇ ਆ, ਸਰੰਜ ਆਪਣੀ ਆ ਬਈ ਐਂ ਨਾ ਬਾਈ, ਜਿਹਨੂੰ ਲੋੜ ਆ ਪਾਣੀ ਪੂਣੀ ਉਹ ਪਰਲੇ ਖੁੱਡੇ ਦੀ ਸਫਾਈ ਕਰਨੀ ਆ, ਫਿਰ ਬਲੌਗ ਯਾਰ ਬੜਾ ਵੱਡਾ ਹੋ ਜੂਗਾ। ਉਹ ਕੱਲ੍ਹ ਕਰਾਂਗੇ, ਨਹੀਂ ਨਹੀਂ ਸਫਾਈ ਅੱਜ ਹੀ ਕਰ ਦਿੰਦੇ, ਦਿਖਾ ਦਾਂਗੇ ਤੁਹਾਨੂੰ ਕੱਲ੍ਹ ਨੂੰ, ਠੀਕ ਆ ਬਾਈ। ਲਿਆਓ ਜੀ, ਕਿਉਂਕਿ ਤੁਹਾਨੂੰ ਮਾੜੀ ਜਿਹੀ ਆਵਤ ਵਸਿਆ ਕਰਨੀ ਪੈਣੀ। ਕੈਮਰਾ ਫੜ ਲਾ ਫਿਰ, ਇਹ ਦਵਾਈ ਵੀ ਪਾ ਦੇ। ਆਹ ਦੇਖੋ ਬਾਈ ਨਾਲ ਦੀ ਨਾਲ ਹੀ ਨਾਲ ਦੀ ਨਾਲ ਪਾਣੀ ਕੱਢੀ ਜਾਂਦਾ ਉਹ। ਛੱਡ ਦਿਓ ਹੌਲੀ 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 ਕਿਆ ਲੈ ਬਾਈ, ਬਸ ਐਂ ਅੰਦਰ ਚਲਾ ਕੇ ਜੇ ਮਾਰੀ ਦੇ ਆ, ਬਸ ਮਾੜਾ ਮੋਟਾ ਲਹੂ ਲਹੂ ਪੀਦਾ, ਐਵੇਂ ਕਰਦੇ ਮਜ਼ਾਕ ਕਰਦੇ ਯਾਰ। ਬਾਕੀ ਆਹ ਦੇਖ ਲਓ ਹੁਣ ਸਾਰੇ ਨਾ ਖੁੱਡੇ 'ਚ ਜਾਂਦੇ ਕਾਲੇ ਆ, ਅਤੇ ਉਹ ਆਪਣਾ ਸੱਚ ਘੰਟ ਵਾਲਾ ਜਿਹੜਾ ਡਾਇਆ ਸੀ ਨਾ ਅੱਖਾਂ ਖਰਾਬ ਜਿਹੜਾ, ਉਹ ਮੁੜਦਾ ਬਾਈ, ਉਹ ਆ ਦੇ ਫਿਰਦਾ, ਉਹ ਫਿਰਦਾ ਆਵੇ ਆਉਂਦਾ ਪੀ ਕੇ ਦੇ ਘਰ 'ਤੇ ਉਹਦੇ। ਇਹ ਨਹੀਂ ਗਾ, ਇਹ ਨਹੀਂ ਗਾ, ਇੱਕ ਸੱਚ ਜਿਹੜਾ ਲਾਲਜੀ ਨਾਲ ਫੜਿਆ ਵਾ, ਇਹ ਵੀ ਹੁਣ ਤੁਹਾਨੂੰ ਚੰਗੀ ਤਰ੍ਹਾਂ ਦਿਖਾ ਦਿੰਦੇ, ਖੜ੍ਹ ਜਾਂਦੇ ਦੂਜੇ ਛੱਡ ਪਹਿਲਾਂ ਖੁੱਡੇ 'ਚ, ਇਹਦੇ ਮੂੰਹ ਮੱਥਾ ਚੈੱਕ ਕਰ ਲਿਆ, ਫੈਂਸੀਆਂ ਫੂਸੀਆਂ ਸਾਰਿਆਂ ਦੇ ਓਕੇ ਰਿਪੋਰਟਾਂ, ਮੂੰਹ ਮਾਂ ਪੱਕਿਆ। ਇੱਕ ਗੁੱਲੀ ਡੰਡਾ ਪਾਉਣਾ ਯਾਰ ਬੰਦ ਕਰਤਾ ਹੁਣ ਆਪਾਂ, ਕਿਉਂਕਿ ਉਹ ਰਹਿ ਗਿਆ ਥੋੜ੍ਹਾ ਜਿਹਾ ਖਰਾਬ ਜਿਹਾ ਥੱਲੇ। ਓਏ ਆਵੇ ਆ ਗਿਆ ਮਿਸਤਰੀ, ਭਾਪੇ ਦਾ ਯਾਰ ਇੱਕ ਬੱਚਾ ਉੱਡਿਆ ਵਾ ਸੀਗਾ, ਅਤੇ ਉਹ ਫਿਰਦਾ ਹੋ ਜਾਂਦਾ ਉਹਦੇ, ਹੁਣ ਤੁਹਾਨੂੰ ਸ਼ਾਇਦ ਦਿਖੇ ਚਰੱਤਾ। ਆਵੇ ਆ ਗਿਆ ਦਿਖਾ ਦਿੰਦੇ ਬੜੀ ਗੱਲ, ਹੈਂ ਉਹ ਜਲਦੀ ਦਿਖਾ ਯਾਰ। ਲਓ ਬਾਈ ਇਹੋ ਜਿਹਾ ਲੈ, ਮਾੜੇ ਪੰਜੇ ਵੀ ਜਲਦੀ ਚੈੱਕ ਕਰਾ ਦੇ, ਉੱਧਰੋਂ ਵੀਡੀਓ ਮੁੱਕਣ ਵਾਲੀ, ਜਲਦੀ ਇੰਨੀ ਜਲਦੀ ਨਹੀਂ ਉਹ ਖੁੱਡੇ ਛੱਡਦਾ ਗਰਾਹ ਖਾਨਾ।